ਬਾਕੀ ਲਾਪਕ ਬਿਹਤਰ ਕਰੇਗਾ ਅਗਰ ਸੈੱਟ ਅੱਛਾ ਲੱਗੇ ਨਾ ਤਾਂ ਲਾਈਕ ਵੀ ਕਰਿਆ ਕਰੋ ਯਾਰ ਵੀਡੀਓ ਨੂੰ ਲਾਈਕ ਕਰਿਆ ਕਰੋ ਇਹ ਯਾਰ 750 ਬੌਂਡ ਹੈ 750 ਬੌਂਡ ਦੇ ਵਿੱਚ ਬੈਕ ਆਕੜੇ ਦਾ ਫਰਕ 3 ਲੱਗ ਜਾਵੇ ਸਾਲ ਦੀ ਪਹਿਲੀ ਪੱਟੀ ਤੇ ਇਹ ਪਹਿਲੀ ਵਾਰੀ ਲੱਗਿਆ ਜੇ ਯਾਰ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਬੜਾ ਪਿਆਰਾ ਸੈੱਟ ਜਿਹੜਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਪਹਿਲੇ ਵੇਖ ਲੋ ਕਿ ਸਿੰਗਲ ਜਮਾ ਵਖਾਵਾਂਗਾ ਸਿੰਗਲ ਲਿੰਕ ਵਖਾਵਾਂਗਾ ਸਿੰਗਲ ਸੈਂਟਰ ਯਾਰ ਮੈਂ ਆਪਣੀ ਸਰਚ ਆਪਣੀ ਮਿਹਨਤ ਆਪਣੇ ਭਾਈਆਂ ਦੇ ਨਾਂ ਕਰਨੀ ਕਰਨੀ ਹੈ ਜੋ ਕੋਈ ਮਰਜ਼ੀ ਕਵੇ ਜੋ ਮਰਜ਼ੀ ਕਰੇ ਚੋਰ ਚੋਰਾ ਤੋਂ ਬਸ ਡਰ ਲੱਗਦਾ ਹੈ ਕਿ ਯਾਰ ਸਾਡੀ ਮਿਹਨਤ ਆ ਕਿਤੇ ਐਂਡ ਵਾਲੇ ਦੇ ਨਾਲ ਵਖਾ ਦੇ ਦਿੰਦੇ ਨੇ ਬਸ ਇਸ ਗੱਲ ਤੋਂ ਦੁੱਖ ਆਉਂਦਾ ਹੈ ਬਸ ਹੋਰ ਕੋਈ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਹੈਗੀ ਕਿਉਂਕਿ ਇੱਕ ਬੰਦੇ ਦੀ ਵੀਡੀਓ 32000 ਬੰਦੇ ਨੇ ਵੇਖੀ ਹੈ ਇੱਕ ਦੀ ਵੀਡੀਓ 4-500 ਬੰਦੇ ਨੇ ਵੇਖਣੀ ਹੈ ਉਹ ਚਾਹ ਵੀ ਲਵੇ ਤੇ ਵੈਸੇ ਦੁੱਖ ਟੈਨਸ਼ਨ ਨਹੀਂ ਇਰਸ਼ਾਦ ਭਾਈ ਮਿਹਰਬਾਨੀ ਮੇਰੇ ਇਰਸ਼ਾਦ ਭਾਈ ਵੀ ਆ ਗਏ ਨੇ محمد ਅਲੀ ਭਾਈ ਕੀ ਹਾਲ ਨੇ ਤੁਹਾਡੇ ਤੁਸੀਂ ਵੀ ਠੀਕ ਹੋ ਸ਼ਿਵਕ ਭਾਈ ਕੀ ਹਾਲ ਨੇ ਤੁਹਾਡੇ ਐ ਯਾਰ ਤਿੰਨ ਫਰਕ ਪਹਿਲੀ ਵਾਰੀ ਲੱਗਿਆ ਦੁਬਾਰਾ ਆ ਕੇ ਪਹਿਲੀ ਪੱਟੀ 750 ਬਾਉਂਡ ਦੇ ਵਿੱਚ ਤਿੰਨ ਫਰਕ ਆਕੜੇ ਦਾ ਬੈਕ ਆਕੜੇ ਦਾ ਫਰਕ ਆਪਾਂ ਲੈਣਾ ਹੈ ਬੈਕ ਆਕੜੇ ਦਾ ਫਰਕ ਤਿੰਨ ਐ ਦੂਸਰੀ ਵਾਰੀ ਲੱਗਿਆ 52 ਦਾ ਆਕੜਾ ਹੈ બે ਆਕੜੇ ਦਾ ਫਰਕ 3 ਲੱਗ ਜਾਵੇ ਸਾਲ ਦੀ ਪਹਿਲੀ ਪੱਟੀ ਤੇ ਫਿਰ ਆ ਕੇ ਲੱਗਿਆ ਜੇ 3 ਫਰਕ ਐ 47 ਦਾ ਆਕੜਾ ਅੱਜ 41 ਦਾ ਆਕੜਾ 3 ਫਰਕ ਚ ਲੱਗ ਚੁੱਕਿਆ ਯਾਰ ਐਡਾ ਪਿਆਰਾ ਸੈੱਟ ਐਡਾ ਜ਼ਬਰਦਸਤ ਸੈੱਟ ਯਾਰ ਮੈਂ ਜਿਹੜਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਇਨਸ਼ਾਅੱਲਾ ਅੱਲਾ ਨੇ ਚਾਹੇ ਤੇ ਮੇਰੇ ਦੋਸਤਾਂ ਨੂੰ ਪਸੰਦ ਆਸੀ ਯਾਰ ਸ਼ਬੀਰ ਦੀ ਮਿਹਨਤ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਏਗੀ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਯਾਰ ਨਾ 100% ਅਸੀਂ ਉਹ ਚੀਜ਼ ਲਾਈਏ ਕਿ ਯਾਰ ਜਿਹੜੀ ਕਿਸੇ ਦੀ ਨਜ਼ਰ ਚ ਨਾ ਆਈ ਹੋਵੇ ਯਕੀਨ ਕਰ ਜੋ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਉਹ ਚੀਜ਼ ਲਾਈਏ ਜਿਹੜੇ ਕਿਸੇ ਦੀ ਨਜ਼ਰ ਚ ਨਾ ਆਈ ਹੋਵੇ ਤੇ ਮੇਰੇ ਦੋਸਤ ਵੇਖਣ ਦੀ ਯਾਰ ਉਹਨਾਂ ਨੂੰ ਚਾਹਸ ਆਵੇ ਕਿ ਯਾਰ ਇਹ ਚੀਜ਼ ਕਮਾਲ ਸੀ ਲੱਗਣਾ ਜਾਂ ਨਾ ਲੱਗਣਾ ਗੈਬ ਦਿਲਾਮ ਅੱਲਾਹ ਦੀ ਜ਼ਾਤ ਕੋਲੇ ਇਨਸਾਨ ਕੋਲੇ ਨਹੀਂ ਇਨਸਾਨ ਸਿਰਫ ਕੋਸ਼ਿਸ਼ ਕਰ ਸਕਦਾ ਜੀ ਉਹ ਕੋਸ਼ਿਸ਼ ਕਰਕੇ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਰਹੇ ਹਾਂ ਮੈਂ ਆ ਯਾਰ ਤਿੰਨ ਫਰਕ ਲੱਗਿਆ ਪਹਿਲੀ ਪੱਟੀ ਸਾਲ ਦੀ ਪਹਿਲੀ ਪੱਟੀ ਤਿੰਨ ਫਰਕ ਬੈਕ ਆਕੜੇ ਦਾ 750 ਪਾਉਂਡ ਦੂਸਰੀ ਵਾਰ ਇਹ ਲੱਗਿਆ ਹੈ ਤੀਸਰੀ ਵਾਰ ਇਹ ਲੱਗਿਆ ਹੈ ਚੌਥੀ ਵਾਰ ਇਹ ਲੱਗਿਆ ਹੈ ਤੇ ਇਹਦੇ ਆਪਾਂ ਕਰਾਸ ਵਿੱਚ ਆਖਰੀ ਪੱਟੀ 40000 ਬੌਂਡ ਚੜਰਾ ਕਰਨਾ ਹੈ ਯਾਰ ਇੱਕੋ ਪੈਕੇਟ ਲੱਗਦੀ ਆਂਦੀ ਹੋਵੇ ਕਿੰਦੀ ਵੱਡੀ ਗੱਲ ਹੈ ਯਾਰ ਥਨ ਹੱਥ ਇੱਕੋ ਹੀ ਪੈਕੇਟ ਲੱਗਦੀ ਆਂਦੀ ਹੋਵੇ ਵੱਡੀ ਗੱਲ ਨਹੀਂ ਕੀ ਫਿਰ ਕਮੈਂਟ ਕਰਕੇ ਦੱਸਿਆ ਜੇ ਯਾਰ ਯਾਰ ਮੈਂ ਪੂਰੀ ਮਿਹਨਤ ਪੂਰੀ ਸਰਚ ਆਪਣੇ ਭਾਈਆਂ ਵਾਸਤੇ ਯਾਰ ਯਕੀਨ ਕਰ ਜੋ ਕੋਈ ਚੀਜ਼ ਵੀ ਲਕੋਣੀ ਨਹੀਂ ਉਹ ਕਿਦੀ ਦੋਸਿਏ ਯਾ ਇਕ ਪਰਪੀਏ ਕੀ ਆਖਰੀ ਅੱਧੇ ਘੰਟਾ ਪਹਿਲੇ ਵੀਡੀਓ ਲਾਵਾਂਗਾ ਤੇ ਮੈਂ ਦੱਸਾਂਗਾ ਮੈਂ ਕੀ ਖੇਲੇ ਉਦੋਂ ਕੀ ਫਾਇਦਾ ਕਿਸੇ ਨੂੰ ਯਾਰ ਫਾਇਦਾ ਤੇ ਇਹ ਕਿ ਦੋ ਦਿਨ ਪਹਿਲੇ ਦੱਸਾਂ ਮੈਂ ਆ ਖੇਲ ਨਹੀਂ ਤੇ ਆ ਲਾ ਲੋ ਐ ਚੀਜ਼ ਲੱਗੀ ਏ ਤਿੰਨ ਫਰਕ ਲੱਗਿਆ ਪਹਿਲੀ ਵਾਰੀ ਐ ਦੂਸਰੀ ਵਾਰੀ ਐ ਤੀਸਰੀ ਵਾਰੀ ਐ ਚੌਥੀ ਵਾਰੀ ਅੱਜ ਚੌਥੇ ਹੱਥ ਪਾ ਸਾਲ ਦੀ ਆਖਰੀ ਪੱਟੀ ਤੇ ਡਰਾ ਕਰਨਾ ਹੈ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਦੋਸਤਾਂ ਨੂੰ ਦੱਸ ਦਵਾਂ ਕਿ ਜਦੋਂ ਇਹ ਤਿੰਨ ਫਰਕ ਲੱਗਿਆ ਪੱਕਰਾਸ ਵਿੱਚ 40000 ਮਾਉਂਡ ਚ ਖੇਡਣਾ ਸੀ ਤਾਂ ਆਕੜੇ ਦੀ ਜਮਾ 6 ਹੀ ਲਗਣੀ ਸੀ ਇਹ 60 ਦਾ ਆਕੜਾ ਜਮਾ 6 ਵਿੱਚ ਲੱਗਿਆ ਹੈ ਤਵੱਜੂ ਕਰਨੀ ਯਾਰ ਮੇਰੇ ਦੋਸਤਾਂ ਨੇ ਗ੍ਰਾਫ ਵੀ ਨਵਾਂ ਯਾਰ ਰੋਜ਼ਾਨਾ ਹੀ ਲਾਈਦਾ ਹੈ ਮੇਰੇ ਦੋਸਤਾਂ ਨੂੰ ਪਤਾ ਹੈ ਇਹ ਤਿੰਨ ਫਰਕ ਲੱਗਿਆ ਹੈ ਬੈਕ ਆਕੜੇ ਦਾ ਤੇ ਇੱਥੇ ਪੱਕੇ ਨਾ ਸੀ ਤੇ ਜਮਾ ਕੱਲੀ 6 ਲਗਣੀ ਸੀ ਫਸਟ ਆਕੜੇ ਦੀ ਇਹ ਲੱਗੀ ਜੇ ਯਾਰ ਦੁਬਾਰਾ ਆ ਕੇ ਜਦੋਂ ਇਹ ਤਿੰਨ ਫਰਕ ਲੱਗਿਆ ਤੇ ਇਹਦੇ ਕਰਾਸ ਵਿੱਚ 40 ਹਜ਼ਾਰ ਬਾਂਡ ਚ ਖੇਨਾ ਸੀ ਤੇ ਜਮਾ 6 ਹੀ ਲਗਣੀ ਸੀ ਯਾਰ ਆਖਰੀ ਪੱਟੀ ਤੇ ਐ ਲੱਗੀ ਜੇ ਫਿਰ ਆ ਕੇ ਤਿੰਨ ਫਰਕ ਲੱਗਿਆ ਤੇ ਆਖਰੀ ਪੱਟੀ ਤੇ ਜਮਾ 6 ਹੀ ਲਗਣੀ ਸੀ ਯਾਰ ਐ ਲੱਗੀ ਜੇ 24 ਦਾ ਅਕੜਾ ਜਮਾ 6 ਵਿੱਚ ਅੱਜ ਯਾਰਾ ਤਿੰਨ ਫਰਕ ਲੱਗਿਆ ਇੱਥੇ ਜਮਾ ਕੀ ਲਗਣੀ ਚਾਹੀਦੀ ਏ ਤਵੱਜੋ ਕਰਾ ਜੇ ਯਾਰ ਭਾਈ ਮੇਰੇ ਆ ਤਿੰਨ ਫਰਕ ਲੱਗਿਆ ਆਕੜੇ ਦਾ ਬੈਕ ਆਕੜੇ ਦਾ 750 ਬੌਂਡ ਦੇ ਵਿੱਚ ਤੇ ਕ੍ਰਾਸ ਦੇ ਵਿੱਚ ਜਮਾ 660 ਦਾ ਆਕੜਾ ਜਮਾ 6 ਫੇਰੀਆ ਲੱਗਿਆ ਤਿੰਨ ਫਰਕ ਚਾਕੜਾ ਕ੍ਰਾਸ ਦੇ ਵਿੱਚ ਆਖਰੀ ਪੱਟੀ 40000 ਬੌਂਡ ਤੇ ਜਮਾ 6 ਫਿਰ ਇਹ ਲੱਗਿਆ ਯਾਰ ਤਿੰਨ ਫਰਕ ਚਾਕੜਾ ਆਖਰੀ ਪੱਟੀ 40000 ਬੌਂਡ ਤੇ ਜਮਾ 6 ਅੱਜ ਫੇਰਾ ਲੱਗ ਚੁਕਿਆ ਕਹਿੰਦਾ 40000 ਬੌਂਡ ਤੇ ਆਖਰੀ ਪੱਟੀ ਤੇ ਜਮਾ 6 ਪਲੇ ਕਰੋ ਇਹ ਰੂਟੀਨ ਕਹਿ ਰਹੀ ਹੈ ਭਾਈ ਮੈਂ ਨਹੀਂ ਕਹਿ ਰਿਹਾ ਕਿਉਂਕਿ ਆਪਣੇ ਕੋਲੇ ਤਾਂ ਗੈਬਦਿਲਮ ਹੈਗਾ ਹੀ ਨਹੀਂ ਭਾਈ ਅਸਤਾ ਸਿਰਫ ਇੱਕ ਸਰਜ ਮਿਹਨਤ ਕੋਸ਼ਿਸ਼ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਹੈ ਦਾਵਾ ਨਹੀਂਗਾ ਦਾਵਾ ਤਾਂ ਬਿਲਕੁਲ ਹੀ ਨਹੀਂ ਦਾਵਾ ਕਰਨ ਵਾਲੇ ਇੱਕ ਹੋਰ ਹੈਗਾ ਬੰਦਾ ਉਹਦਾ ਮੈਨੂੰ ਨਾਂ ਵੀ ਲੈਣਾ ਪਿਆ ਨਾ ਤੇ ਮੈਂ ਉਸ ਅਗਲੀ ਵੀਡੀਓ ਚ ਪੂਰੇ ਬਾਹਰ ਨਾਲ ਉਹਦਾ ਨਾਂ ਵੀ ਲੈ ਦੇਵਾ ਕਿ ਯਾਰ ਖੁਦਾ ਦੇ ਖੌਫ ਤੋਂ ਡਰੀ ਨਹੀਂ ਆਦਾ ਯਾਰ ਬੰਦਿਆਂ ਨੂੰ ਹੈਰਾਨ ਹਾਂ ਮੈਂ ਯਾਰ ਇਹਨਾਂ ਲੋਕਾਂ ਤੋਂ ਇਹ ਕਹਿੰਦਾ ਕਿ ਕੱਲੀ ਆਕੜੇ ਦੀ ਜਮਾ 6 ਲਾਵੋ ਇਹ ਸੈਟ ਰੂਟੀਨ ਕਹਿ ਰਹੀ ਹੈ ਕਿ ਕੱਲੀ ਜਮਾ ਆਕੜੇ ਦੀ 6 ਲਾਵੋ ਕਿਉਂਕਿ ਮੈਂ ਸੈਟ ਦੇ ਮੁਤਾਬਕ ਜਿਹੜੀ ਅੱਗੇ ਵੀਡੀਓ ਲਾਈ ਸੀ ਉਹਦੇ ਵਿੱਚ 5 ਜਮਾ ਸੀ 5 ਜਮਾ ਦੇ ਵਿੱਚ ਦੋ ਹੀ ਪੀਸੀਆਂ ਬਣੀਆਂ ਸਨ ਅਗਰ 6 ਜਮਾ ਲੱਗੇਗੀ ਤੇ ਜਿਹੜੀ ਜਿਹੜੇ ਆਕੜੇ ਦੇਵਾਂਗਾ ਨਾ ਆਪਣੇ ਦੋਸਤਾਂ ਨੂੰ ਉਹਨਾਂ ਤੋਂ ਬਗੈਰ ਆਕੜਾ ਲੱਗਣਾ ਨਹੀਂ ਚਾਹੀਦਾ ਉਹਨਾਂ ਤੋਂ ਬਗੈਰ ਆਕੜਾ ਫਰਸਟ ਵਿੱਚ ਲੱਗਣਾ ਨਹੀਂ ਚਾਹੀਦਾ ਇਹ ਸਿੰਗਲ ਕਹਿੰਦਾ ਹੈ ਕਿ ਜਮਾ 6 ਲੱਗੇ ਰੂਟੀਨ ਕਹਿ ਰਹੀਏ ਫਿਰ ਭਾਈ ਮੇਰੇ ਜਦੋਂ ਵੀ ਕੋਟਾ ਸ਼ਹਿਰ ਆਖਰੀ ਪੱਟੀ ਜਾ ਜਾਵੇ ਇਹ ਤੇ ਮੇਰੇ ਕਾਫੀ ਦੋਸਤਾਂ ਨੂੰ ਪਤਾ ਉਸੇ ਕਿਉਂਕਿ ਸਾਨ ਜਿਹੜੀ ਚੀਜ਼ ਹੁੰਦੀ ਹੈ ਹਰ ਬੰਦੇ ਨੂੰ ਪਤਾ ਹੁੰਦਾ ਹੈ ਇਹ ਆਖਰੀ ਪੱਟੀ ਤੇ ਕੋਈਟਾ ਸ਼ਹਿਰ ਆਇਆ ਇੱਥੇ ਡਰਾ ਕਰਨਾ ਸੀ ਜਮਾ 6 ਹੀ ਲਗਣੀ ਸੀ ਯਾਰ ਅੱਜ ਮਜੂਦਾ ਆ ਜਾਣੇ ਆਪਾਂ ਕਿਉਂਕਿ ਹੋ ਸਕਦਾ ਹੈ ਕਿ ਇਹ ਸਾਨ ਰੂਟੀ ਨੇ ਕਿਸੇ ਹੋਰ ਨੇ ਲਾਈ ਹੋਵੇ ਇਹ ਕੋਈਟਾ ਸ਼ਹਿਰ ਆਖਲਾ ਕਹਿੰਦਾ ਕਿ ਇੱਥੇ ਜਮਾ 6 ਚਾਕੜਾ ਪਲੇ ਕਰੋ ਮੈਂ ਤਾਂ ਰੂਟੀਨ ਦੇ ਮੁਤਾਬਕ ਸਰਚ ਦੇ ਮੁਤਾਬਕ ਹੈ ਨਾ ਜੋ ਚੀਜ਼ ਨਿਕਲਨੀ ਉਹ ਹੀ ਚੀਜ਼ ਮੈਂ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰਨੀ ਹੈ ਬਾਕੀ ਗਾਇਬ ਦਿਲੇ ਮੱਲਾ ਦੀ ਜ਼ਾਤ ਕੋਲੇ ਆਪਣੇ ਕੋਲੇ ਨਹੀਂ ਦਾ ਹੁਣ ਮੈਂ ਆਪਣੇ ਦੋਸਤਾਂ ਨਾਲ ਸੈਂਟਰ ਸ਼ੇਅਰ ਕਰਨ ਲੱਗਿਆ ਸੈਂਟਰ ਵੀ ਸਿੰਗਲ ਲੱਗਦਾ ਆ ਰਿਹਾ ਐ ਜਦੋਂ ਤਿੰਨ ਫਰਕ ਲੱਗਿਆ ਨਾ ਯਾਰ ਤੇ ਇੱਥੇ ਆਪਾਂ ਡਰਾ ਕਰਨਾ ਸੀ 6 ਜਮਾ ਚਾਕੜਾ ਲੱਗਣਾ ਸੀ ਸੈਂਟਰ ਕੱਲਾ ਹੀ 7 ਨਾਲ ਲੱਗਣਾ ਸੀ ਯਾਰ ਕੱਲਾ ਸੈਂਟਰ 7 ਦਾ ਲੱਗਣਾ ਸੀ ਐ ਸੈਂਟਰ ਕੀ ਲੱਗਿਆ 7 ਤੇ ਹੀ ਲੱਗਿਆ ਬਈ ਦੁਬਾਰਾ ਆ ਕੇ ਤਿੰਨ ਫਰਕ ਲੱਗਿਆ ਬੈਕ ਆਕੜੇ ਦਾ ਆਖਰੀ ਪੱਟੀ 'ਚ ਖੇਡਣਾ ਸੀ ਸੈਂਟਰ ਕੱਲਾ ਹੀ 7 ਲੱਗਣਾ ਸੀ ਯਾਰ ਐ 7 ਤੇ ਹੀ ਲੱਗਿਆ ਫਿਰ ਆ ਕੇ ਤਿੰਨ ਫਰਕ ਲੱਗਿਆ ਆਖਰੀ ਪੱਟੀ 'ਚ 7 ਤੇ ਹੀ ਸੈਂਟਰ ਲੱਗਣਾ ਸੀ ਯਾਰ ਅਸਾ ਤੈ ਲੱਗਿਆ ਇਹਨੂੰ ਆਹ ਦਿਨ ਯਾਰ ਮਿਹਨਤ ਜਿਹੜੀ ਕਿ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਰਿਹਾ ਔਰ ਕਿੰਨੇ ਦਿਨ ਪਹਿਲੇ ਰੱਖ ਰਿਹਾ ਇਹਨੂੰ ਕਹਿੰਦੇ ਨੇ ਮਿਹਨਤ ਇਹ ਤਿੰਨ ਫਰਕ ਲੱਗਿਆ ਕਹਿੰਦੇ ਇੱਥੇ ਇਕੱਲਾ ਸੱਤ ਦਾ ਸੈਂਟਰ ਪਲੇ ਕਰੋ ਗਾਇਬ ਦਿਲਮ ਨਹੀਂ ਹੈਗਾ ਯਾਰ ਮਿਸ ਹੋ ਜਾਵੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਬਿਲਕੁਲ ਕੁਝ ਵੀ ਨਹੀਂ ਕਰ ਸਕਦੇ ਇਹ ਮਿਸ ਹੋ ਜਾਵੇ ਤਾਂ ਸਾਡੇ ਅੰਦਰ ਵਿੱਚ ਵਸ ਨਹੀਂ ਹੈਗਾ ਅਸੀਂ ਸਿਰਫ ਸਰਚ ਆਪਣੇ ਦੋਸਤਾਂ ਦੇ ਸਾਹਮਣੇ ਰੱਖਣੀ ਹੈ ਕਿ ਹੁਣ ਤੱਕ ਇਹ ਕੰਮ ਹੋ ਰਿਹਾ ਜੇ ਉਹੀ ਚੀਜ਼ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਰਿਹਾ ਕਿ ਇਹ ਕੰਮ ਹੋ ਰਿਹਾ ਹੈ ਔਰ ਇਹਨੂੰ ਇੰਜ ਹੋਣਾ ਚਾਹੀਦਾ ਹੈ ਨਹੀਂ ਹੁੰਦਾ ਤਾਂ ਉਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਸਾਡਾ ਕੰਮ ਹੈ ਸਰਚ ਦੇ ਮੁਤਾਬਕ ਮਿਹਨਤ ਦੇ ਮੁਤਾਬਕ ਜੋ ਸਾਨੂੰ ਚੰਗੀ ਚੀਜ਼ ਲੱਗੀ ਨਾ ਉਹ ਚੀਜ਼ ਆਪਣੇ ਭਾਈਆਂ ਦੇ ਸਾਹਮਣੇ ਰੱਖਣੇ ਪਏ ਬਾਕੀ ਗਾਇਬ ਦਿਨ ਅੱਲਾਹ ਦੀ ذات ਕੋਲ ਇਨਸਾਨ ਸਿਰਫ ਕੋਸ਼ਿਸ਼ ਕਰ ਸਕਦਾ ਹੈ ਤੇ ਰਿਕੁਐਸਟ ਇਸ ਪਰੋ ਕਰੀ ਦੀ ਯਕੀਨ ਕਰ ਜੋ ਚੋਰਾ ਤਾਂ ਕਰੀ دیے ਕਿ ਯਾਰ ਜੋ ਦੋਸਤ ਨਵੇਂ ਆਦੇ ਨਾ ਜਿਨ੍ਹਾਂ ਨੇ ਪੇਜ ਫਾਲੋ ਨਹੀਂ ਕੀਤਾ ਹੁੰਦਾ ਫਾਲੋ ਕਰ ਲੋ ਫਾਲੋ ਕਹਿਣਾ ਵੀ ਯਾਰ ਚੰਗਾ ਨਹੀਂ ਲੱਗਦਾ ਉਹਨਾਂ ਬੰਦਿਆਂ ਨੂੰ ਯਾਰ ਵੀਡੀਓ ਚ ਕੰਦੇ ਨੇ ਨਾ ਕਰੋ ਫਾਲੋ ਕਿਉਂਕਿ ਤੁਸੀਂ ਚੋਰੀ ਕਰਨੀ ਤੁਹਾਨੂੰ ਕੀ ਲੱਗੇ ਫਾਲੋਵਰ ਫਾਲੋਵਰਾਂ ਨਾਲ ਅਸੀਂ ਆਪਣੀ ਮਿਹਨਤ ਕਰਕੇ ਸਾਹਮਣੇ ਰੱਖਣੀ ਹੈ ਤੁਸੀਂ ਚੋਰੀ ਕਰਕੇ ਰੱਖਣੀ ਤੁਹਾਨੂੰ ਤਾਂ ਟੈਨਸ਼ਨ ਹੀ ਨਹੀਂ ਹੋਣੀ ਚਾਹੀਦੀ ਫਿਰ ਫਾਲੋਵਰਾਂ ਦੀ ਕਿ ਸਾਨੂੰ ਫਾਲੋਵਰ ਵੀ ਚਾਹੀਦੇ ਨੇ ਸਾਨੂੰ ਤਾਂ ਚਾਹੀਦੇ ਨੇ ਕਿਉਂਕਿ ਚਾਹੀਦੇ ਨੇ ਸਾਡੀ ਅਸੀਂ ਮਿਹਨਤ ਕਰਨੇ ਕੋ ਹੋਰ ਬੰਦਾ ਨਾ ਚਾਵੇ ਸਾਨੂੰ ਤਾਂ ਲੋੜ ਹੈ ਫਾਲੋਵਰਾਂ ਦੀ ਕਿ ਮੇਰੇ ਨਾਲ ਜਿੰਨੇ ਦੋਸਤ ਜੁੜੇ ਹੋਣਗੇ ਉਹਨਾਂ ਨੂੰ ਪਤਾ ਤਾਂ ਹੋਵੇਗਾ ਨਾ ਸ਼ਬੀਰ ਭਾਈ ਨੇ ਵੀਡੀਓ ਲਾਈ ਹੈ ਇਸ ਵਜ੍ਹਾ ਤੋਂ ਹੁਣ ਮੈਂ ਆਪਣੇ ਦੋਸਤਾਂ ਨੂੰ ਸਿੰਗਲ ਲਿੰਕ ਸਿੰਗਲ ਲਿੰਕ ਆ ਯਾਰ ਜਦੋਂ ਤਿੰਨ ਫਰਕ ਲੱਗਿਆ ਨਾ ਇੱਕੋ ਜਗ੍ਹਾ ਤੋਂ ਯਾਰ ਜੁੜੀ ਵੀਡੀਓ ਲਾਈ ਦੀ ਨਾ ਇੱਕੋ ਜਗ੍ਹਾ ਤੋਂ ਹਰ ਚੀਜ਼ ਕਲੀਅਰ ਕਰਕੇ ਵਿਖਾਈ ਦੀ ਯਾਰ ਗਾਇਬ ਦਿਲਮ ਤਾਂ ਆਪਣੇ ਕੋਲੇ ਨਹੀਂ ਹੁੰਦਾ ਇਹ ਸੈਂਟਰ ਲੈਣਾ ਯਾਰ ਆਪਾਂ ਤਿੰਨ ਫਰਕ ਲੱਗਿਆ ਨਾ ਬੈਕ ਆਕੜੇ ਦਾ ਸੈਂਟਰ ਲੈਣਾ ਕੱਲੇ ਸੈਂਟਰ ਤੋਂ ਬਗੈਰ ਫਸਟ ਡਰਾ ਨਹੀਂ ਖੁੱਲਣਾ ਸੀ ਇਹ 6 ਦੇ ਫਿੰਗਰ ਜਮਾ 6 ਲਗਣੀ ਸੀ 7 ਦਾ ਸੈਂਟਰ ਲਗਣਾ ਸੀ ਕੱਲੇ 6 ਨਾਲ 6 ਜਮਾ ਲਗਣੀ ਸੀ ਯਾਰ ਤੇ ਇਹ ਆਕੜਾ ਲੱਗ ਜਾਂਦਾ 60 ਦਾ 7 ਦੇ ਸੈਂਟਰ ਨਾਲ ਇਹ ਕੱਲੇ 6 ਦੇ ਫਿਕਰ ਨਾਲ 6 ਜਮਾ ਲਗਣੀ ਸੀ ਕੱਲੇ 7 ਦੇ ਸੈਂਟਰ ਨਾਲ ਪੈਕਟ ਲਗਣੀ ਸੀ ਯਾਰ ਤੇ ਆ ਲੱਗੀ ਜੇ ਪਹਿਲੀ ਵਾਰੀ ਫਿਰ ਆ ਕੇ ਦੁਬਾਰਾ ਜਦੋਂ ਤਿੰਨ ਤਿੰਨ ਫਰਕ ਲੱਗਿਆ ਬੈਕ ਆਕੜੇ ਦਾ ਕੱਲੇ 5 ਨਾਲ 6 ਜਮਾ ਲਗਣੀ ਸੀ ਯਾਰ ਤੇ ਕੱਲਾ 7 ਦਾ ਸੈਂਟਰ ਲਗਣਾ ਸੀ 15 ਤੇ 51 ਦੋ ਹੀ ਆਕੜੇ ਬੰਦੇ ਸਨ ਦੋ ਆਕੜੇ ਤੇ ਕੱਲਾ ਸੈਂਟਰ ਸੀ ਯਾਰ ਤੇ ਆ ਪੈਕਟ ਪਲੇ ਹੋ ਜਾਂਦੀ ਏ 51 7 ਦੀ ਫਿਰ ਆ ਕੇ ਯਾਰ ਜਦੋਂ ਦੁਬਾਰਾ ਤੇ ਇਹ ਤਿੰਨ ਫਰਕ ਲੱਗਿਆ ਨਾ ਬੈਕ ਆਕੜੇ ਦਾ ਇਹ ਕੱਲੇ 4 ਤੋਂ ਬਗੈਰ ਫਸਟ ਡਰਾ ਹੀ ਨਹੀਂ ਖੁੱਲਣਾ ਸੀ ਜਮਾ 6 ਲਗਣੀ ਸੀ ਇਹ ਪੂਰੀ ਪੈਕਟ ਨੇ ਮਾਰੀ 42 ਤੇ 24 ਦੇ ਦੋ ਹੀ ਆਕੜੇ ਸਨ ਇਹ ਲੱਗ ਜਾਂਦਾ ਅੱਜ ਯਾਰ ਇਹ 4 ਦਾ ਫਿਗਰ ਪਿਆ ਕਹਿੰਦਾ ਕੱਲੇ 4 ਤੋਂ ਬਗੈਰ ਫਸਟ ਡਰਾ ਨਹੀਂ ਤੇ ਖੁੱਲਣਾ ਚਾਹੀਦਾ ਔਰ ਕੱਲਾ 7 ਦਾ ਸੈਂਟਰ ਲੱਗੇਗਾ ਕੱਲੇ 4 ਦਾ ਲਿੰਕ ਹੈਗਾ ਜੇ ਤੇ ਕੱਲੇ 4 ਦੇ ਲਿੰਕਰ ਨਾਲ ਆਪਾਂ 6 ਜਮਾ ਬਣਾਵਾਂਗੇ ਤੇ ਆਕੜੇ ਕਿੰਨੇ ਬਣਨਗੇ ਯਾਰ ਆਕੜੇ ਕਿੰਨੇ ਬਣਨਗੇ ਮੇਰੇ ਦੋਸਤਾਂ ਨੂੰ ਪਤਾ ਹੀ ਹੋਵੇਗਾ ਦੋਸਤਾਂ ਮਿਹਨਤ ਅੱਛੀ ਲੱਗੇ ਨਾ ਤਾਂ ਜ਼ਰੂਰ ਸਪੋਰਟ ਕਰਾ ਜੇ ਜੋ ਦੋਸਤ YouTube ਚੈਨਲ ਤੇ ਜਾਣਾ ਚਾਹੁੰਦੇ ਨਾ ਐ ਇੱਕ ਮੇਰਾ ਚੈਨਲ ਹੈਗਾ ਇਹਦੇ ਤੇ ਮੈਂ ਬੜੀ VIP ਵੀਡੀਓ ਲਾਈ ਜੇ ਇਹਨੂੰ ਜੋ ਦੋਸਤ ਮਸਨ ਕੇ YouTube ਤੇ ਜੇ ਇਹ Facebook ਤੇ ਨਹੀਂ ਜੇ ਡਬਲ ਐਫ ਪ੍ਰਾਈਜ਼ ਬੌਂਡ ਐ ਯਾਰ ਨਾ ਦੋ ਆਕੜੇ ਤੇ ਦੋ ਹੀ ਪੈਕਟਾਂ ਨੇ ਅਗਰ ਕਿਸੇ ਮੇਰੇ ਦੋਸਤ ਨੂੰ ਸਮਝ ਚਾਵਣ ਤੈਨੂੰ ਜ਼ਰੂਰ ਆਪਣੀ ਗੇਮ ਚ ਸ਼ਾਮਲ ਕਰਾ ਜੇ ਅਦਰਵਾਈਜ਼ ਤੁਸੀਂ ਇਗਨੋਰ ਕਰ ਸਕਦੇ ਹੋ ਛੋੜ ਸਕਦੇ ਹੋ ਮੈਂ ਸੈੱਟ ਤੇ ਰੁਟੀਨ ਦੇ ਮੁਤਾਬਕ ਜੋ ਚੀਜ਼ ਨਿਕਲਦੀ ਨਾ ਯਾਰ ਮੈਂ ਹੋਰ ਵੀ ਚੀਜ਼ ਆਪਣੇ ਦੋਸਤਾਂ ਨੂੰ ਵਿਖਾਣਾ ਇੱਕ ਹੋਰ ਚੀਜ਼ ਏ ਉਹ ਵੀ ਵਿਖਾਣਾ ਆਪਣੇ ਦੋਸਤਾਂ ਨੂੰ ਐ ਮੈਂ ਲਿਖ ਲਵਾਂ ਪੈਕਟ ਯਾਰ ਇਹਦੇ ਹਿਸਾਬ ਨਾਲ ਨਾ ਸਿਰਫ ਇਹ ਦੋ ਹੀ ਪੈਕਟ ਬਣਦੇ ਨੇ ਐ ਜਮਾ ਲੱਗੇ ਐ ਲਿੰਕ ਲੱਗੇ ਐ ਸੈਂਟਰ ਲੱਗੇ ਤੇ ਦੋ ਹੀ ਪੈਕਟ ਹਨ ਯਾਰ ਤੇ ਇਹ ਮੈਂ ਲਿੰਕ ਹੋਰ ਵੀ ਵਿਖਾਣਾ ਆਪਣੇ ਦੋਸਤਾਂ ਨੂੰ ਕਿਉਂਕਿ ਮੈਂ ਆਪਣੇ ਚੈਨਲ ਤੇ ਵਿਖਾਇਆ ਆਪਣੀ ਚੀਜ਼ ਤਾਂ ਵਿਖਾ ਸਕਦੇ ਆ ਨਾ ਆਪਣੇ ਦੂਸਰੇ ਛੋਟੇ ਚੈਨਲ ਤੇ ਲਾਇਆ ਮੈਂ ਇੱਥੇ ਵੀ ਆਪਣੇ ਦੋਸਤਾਂ ਨਾਲ ਸ਼ੋਅ ਕਰ ਦੇਣਾ ਇਹਦੇ ਨਾਲ ਟੈਲੀ ਕਰਦਾ ਆ ਪੈਕਟੇ ਯਾਰ ਦੋ ਪੈਕਟਾ ਨੇ ਕਿਸੇ ਦੋਸਤੀ ਸਮਝ ਆ ਜਾਵਣ ਤੈਨੂੰ ਪਲੇ ਕਰਾ ਜੇ ਨਾ ਸਮਝ ਆਵਣ ਤਾਂ ਤੁਸੀਂ ਇਗਨੋਰ ਕਰ ਸਕਦੇ ਹੋ ਛੋੜ ਸਕਦੇ ਹੋ ਮੈਂ ਸੈਟ ਦੇ ਮੁਤਾਬਕ ਰੁਟੀਨ ਦੇ ਮੁਤਾਬਕ ਹైదరాబాద్ ਸ਼ਹਿਰ ਯਾਰ ਨਾ ਇਹ ਪਹਿਲੀ ਦਫਾ ਤੀਸਰੀ ਪੱਟੀ ਚ ਤਾਂ ਆਪਾਂ ਪਹਿਲੀ ਪੱਟੀ ਇਸ 200 ਬੌਂਡ ਚ ਆਪਾਂ ਪਹਿਲੀ ਪੱਟੀ ਦਾ ਬੈਕ ਆਕੜਾ ਲੈਣਾ ਹੈ ਐਸੀ ਬੈਕ ਆਕੜਾ 24 ਦਾ ਇਹ 24 ਦੇ ਵਿੱਚੋਂ ਸਿੱਧਾ ਲਿੰਕ ਇੱਥੇ ਲੱਗਣਾ ਸੀ ਆ ਤੇ ਇਹ 42 ਲੱਗ ਜਾਂਦਾ ਹੈ ਫੇਰ ਆ ਕੇ ਹైదరాబాద్ ਆਇਆ ਜੇ ਤੀਸਰੀ ਪੱਟੀ ਦੇ ਵਿੱਚ ਸਿਰਫ ਆ ਤੀਸਰੀ ਪੱਟੀ ਚ ਵੇਖਣਾ ਹੈ ਯਾਰ ਕੋਈ ਮੈਂ ਥੋੜਾ ਜਿਹਾ ਜਾਵਾਂ ਤਾਂ ਤੁਸੀਂ ਆਪ ਨਜ਼ਰ ਮਾਰ ਲਿਆ ਜੇ ਕਿਉਂਕਿ ਮੈਂ ਕੈਮਰੇ ਦੇ ਵਿੱਚ ਐਪ ਇਹ ਲਗਾ ਹੈ ਹైదరాబాద్ ਸ਼ਹਿਰ ਉੱਥੇ ਪਿਆ ਸੀ 13 ਦਾ ਲਿੰਕ ਇਹ ਬੈਕ ਆਕੜਾ 13 ਦਾ ਸੀ ਇਹ 13 ਵਿੱਚੋਂ ਸਿੱਧਾ ਇੱਕ ਲਿੰਕ ਲੱਗਣਾ ਸੀ ਤੇ 18 ਦਾ ਆਕੜਾ ਫਰਸਟ ਲੱਗ ਜਾਂਦਾ ਯਾਰ ਫੇਰ ਆ ਕੇ ਹైదరాబాద్ ਆਇਆ ਜੇ ਕੋਈ ਪਿਛਾ ਰਹਿ ਜਾਵੇ ਤਾਂ ਯਾਰ ਮਾਫ ਕਰਿਆ ਜੇ ਇਹ ਹੈ ਹైదరాబాద్ ਉੱਥੇ ਪਿਆ ਸੀ 96 96 'ਚ ਲਿੰਕ ਲੱਗਣਾ ਸੀ ਤੇ ਯਾਰ 65 ਦਾ ਆਕੜਾ ਲੱਗ ਜਾਂਦਾ ਫਿਰ ਹਦਰਾਬਾਦ ਆ ਗਿਆ ਜੀ ਇਹ ਆ ਗਿਆ ਹਦਰਾਬਾਦ ਉੱਤੇ 30 ਦਾ ਲਿੰਕ ਪਿਆ ਸੀ ਇਹ ਬੈਕ ਆਕੜਾ 30 ਦਾ ਸੀ 30 ਦਾ ਲਿੰਕ ਸੀ ਤੇ ਇਹ 93 ਲੱਗ ਗਿਆ ਆ ਜੀ ਯਾਰ ਫਿਰ ਹਦਰਾਬਾਦ ਆਇਆ ਖੜਾ ਦੁੱਤੇ ਪਿਆ 27 ਕਹਿੰਦਾ 27 ਤੋਂ ਬਗੈਰ ਇੱਥੇ ਫਰਸਟ ਡਰਾ ਨਹੀਂ ਖੁੱਲਣਾ ਚਾਹੀਦਾ ਤੇ ਇਹ ਆਪਾਂ ਕੀ ਬਣਾਇਆ ਯਾਰ ਉਧਰੋਂ ਕਹਿੰਦਾ ਕੱਲੇ 4 ਤੋਂ ਬਗੈਰ ਡਰਾ ਨਹੀਂ ਆਕੜੇ ਚੌਕੇ ਦੇ ਨਾਲ 6 ਜਮ੍ਹਾਂ ਲਾਣੇ ਆਪਾਂ ਤੇ ਆਕੜੇ ਦੋ ਹੀ ਬੰਦੇ ਨੇ 24 ਦਾ 42 ਦਾ ਕਿ 24 ਦਾ ਸੈਂਟਰ ਕੱਲਾ ਹੀ ਸਾਦਾ ਆਪਣੇ ਦੋਸਤਾਂ ਨੂੰ ਖਾਇਆ ਯਾਰ ਮੇਰੇ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਨਾ ਤਾਂ ਸਪੋਰਟ ਜ਼ਰੂਰ ਕਰਾਜੇ ਜੋ ਦੋਸਤ ਇਹ ਸ਼ੇਅਰ ਕਰਨਾ ਜਾਣਦੇ ਨੇ ਵੀਡੀਓ ਨੂੰ ਸ਼ੇਅਰ ਵੀ ਕਰਾਜੇ